ਜੈ ਗੁਰਦੇਵ ਜੈ ਗੁਰਦੇਵ ਜੈ ਭੀਮ ਬੋਲੇ ਸੋ ਨਰਪੈ ਸਤਗੁਰ ਰਵਿਦਾਸ ਸ਼ਕਤੀ ਡਾਕਟਰ ਭੀਮ ਰਾਓ ਅੰਬੇਡਕਰ ਸ਼ਕਤੀ ਅਰਬਦਾਸੀਆ ਕੌਮ ਦੇ ਅਮਰ ਸ਼ੀਸ਼ ਸੰਤ ਰਾਮਾਨੰਦ ਸ਼ਕਤੀ ਸਤਗੁਰੂ ਸੁਆਮੀ ਸਰਵਣ ਦਾ ਸ਼ਕਤੀ ਸਰਪੇਖ ਭਗਵਾਨ ਸ਼ਕਤੀ ਬੋਲੇ ਸੋ ਨਿਰਭੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਕੀ ਜੈ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਆਪਾਂ ਬੜੇ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਮਹਾਨ ਇਤਿਹਾਸਕ ਅਸਥਾਨ ਗੁਰੂਆਂ ਦੇ ਗੁਰੂ ਜਗਤ ਗੁਰੂ ਧੰਨ ਧੰਨ 사ਤੂਕਰਵਾਦਾਸ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਸ਼੍ਰੋਮਣੀ ਮੰਦਿਰ ਧੰਨ ਧੰਨ 사ਤੂਕਰਵਾਦਾਸ ਜੀ ਚੱਕ ਹਕੀਮ ਜੀਟੀ ਰੋਡ ਫੁਗਵਾੜਾ ਇਸ ਪਾਵਨ ਪਵਿੱਤਰ ਅਸਥਾਨ ਤੇ ਅੱਜ ਇੱਕ ਉੱਚੇ ਚੇਤੌਰ ਤੇ ਆਪਾਂ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਜਿੰਨੀਆਂ ਵੀ ਜਥੇਬੰਦੀਆਂ ਟਰੱਸਟ ਕਮੇਟੀਆਂ ਤੇ ਸੁਭਾਵਾਂ ਉੱਚੇ ਚੇ ਤੌਰ ਤੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਆ ਔਰ ਜਿੰਨੇ ਵੀ ਮਹਾਨ ਮਹਾਪੁਰਖ ਸੰਤ ਜਨ ਆਪੋ ਆਪਣੇ ਅਸਥਾਨਾਂ ਤੋਂ ਡੇਰਿਆਂ ਤੋਂ ਗੁਰੂ ਘਰਾਂ ਤੋਂ ਆਏ ਐ ਉਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਆ ਜਿੰਨੇ ਵੀ ਬੁੱਧੀਜੀਵੀ ਵਿਦਵਾਨ ਨੇ ਗਿਆਤਾ ਵਣ ਲੋਗ ਨੇ ਔਰ ਪ੍ਰੀਚਰ ਨੇ ਪ੍ਰਚਾਰਕ ਨੇ ਲੈਕਚਰਾਰ ਨੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਇਸ ਮੀਟਿੰਗ ਦੇ ਵਿੱਚ ਉਹਨਾਂ ਦਾ ਵੀ ਕੋਟਨ-ਕੋਟ ਧੰਨਵਾਦ ਆ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਜੋ ਕਿ ਸਾਡੀ ਗੱਲ ਨੂੰ ਜਨ-ਜਨ ਤੱਕ ਪਹੁੰਚਾ ਰਿਹਾ ਉਹ ਆਪਣੀਆਂ ਸੇਵਾਵਾਂ ਨਿਭਾ ਰਿਹਾ ਉਹਨਾਂ ਦਾ ਵੀ ਕੋਟਨ-ਕੋਟ ਧੰਨਵਾਦ ਹੈ ਤੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਭਾਵਾ ਮਾਂ ਦੇ ਵਿੱਚੋਂ ਮੀਨ ਮੀਨ ਬੁਲਾ ਰਹੇ ਨੇ ਅੱਜ ਦੇ ਵਿਸ਼ੇ ਤੇ ਅੱਜ ਦਾ ਜੋ ਏਜੰਡਾ ਸੀਗਾ ਤੁਸ਼ ਬੁੱਧੀ ਦੇ ਮਤਾਬਕ ਆਪੋ ਆਪਣੇ ਵਿਚਾਰ ਦਿੱਤੇ ਹੈ। ਔਰ ਮਾਪੁਰਖਾ ਨੇ ਵੀ ਬੜੇ ਹੀ ਸੁਚੱਜੇ ਢੰਗ ਦੇ ਨਾਲ ਬੜੇ ਹੀ ਅੱਛੇ ਔਰ ਵਧੀਆ ਸਲੀਕੇ ਦੇ ਨਾਲ ਬੜੀ ਵਿਦਵਤਾ ਦੇ ਨਾਲ ਅੱਜ ਦਾ ਜਿਹੜਾ ਵਿਸ਼ਾ ਸੀਗਾ ਉਹਦੇ ਤੇ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ। ਧੰਨਵਾਦ ਹੈ। ਤੋਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ। ਦਾਸਾਂ ਨੂੰ ਵੀ ਮਾਈਕ ਮਿਲਿਆ। ਤੋਂ ਸਮਾ ਮਿਲਿਆ ਧੰਨਵਾਦ ਹੈ। ਤੋਂ ਮੈਂ ਪਹਿਲਾਂ ਤਾਂ ਬੇਨਤੀ ਕਰਾਂਗਾ ਵੀ ਜਿੰਨੇ ਵੀ ਆ ਸੰਗਤ ਆਈ ਆ ਉਹ ਥੋੜਾ ਅੱਗੇ ਆਓ। ਅੱਗੇ ਆ ਜਾਓ। ਸ਼ਾਬਾਸ਼। ਅੱਗੇ ਆ ਜਾਓ। ਜਿਹੜੇ ਕੋਈ ਖੜੇ ਆ ਬੈਠ ਸਕਦੇ ਆ ਵੈਜ ਆਓ ਹੁਣ ਬੇਨਤੀ ਇਹ ਆ ਵੀ ਜਿੰਨੀ ਵੀ ਚਰਚਾ ਹੋਈ ਐ ਉਹਦਾ ਥੋੜਾ ਬਾਲਾ ਚੇਤਾ ਹੈ ਜਾਂ ਨਹੀਂ ਕੋਈ ਦਿਲਦਵਾਕ ਚ ਗੱਲ ਹੈ ਜਾਂ ਨਹੀਂ ਜਾਂ ਗੱਲਾਂ ਬਾਤਾਂ ਚ ਹੀ ਜਾਂ ਖਾਣ ਪੀਣ ਚ ਜਾਂ ਤੁਰਨ ਫਿਰਨ ਚ ਜਾਂ ਉਹ ਆ ਗਿਆ ਇਹ ਚਲ ਗਿਆ ਇਦਾਂ ਤਾਂ ਨਹੀਂ ਥੋੜਾ ਬਾਲਾ ਪੱਲੇ ਪਿਆ ਜਾਂ ਨਹੀਂ ਬੋਲੋ ਪਿਆ ਆ ਤੋ ਧਿਆਨ ਦਿਓ ਅੱਜ ਆਪਾਂ ਸਾਰੇ ਜਣੇ ਸਾਨੂੰ ਇੱਥੇ ਇਕੱਤਰਤ ਹੋਣ ਦਾ ਮਕਸਦ ਕੀ ਆ ਵਜ੍ਹਾ ਕੀ ਆ ਕਾਰਨ ਕੀ ਆ ਰੀਜ਼ਨ ਕੀ ਐ ਇੱਥੇ ਕਿਉਂ ਇਕੱਠੇ ਹੋਣਾ ਪਿਆ ਜਬਹ ਬਾਣ ਲੱਗਿਓ ਤਬਿਆਰ ਹੋ ਉਸ ਜਾ ਕੇਓ ਕਿਸੇ ਨੇ ਵੀ ਹੱਕ ਹਕੂਕ ਥਾਲੀ ਚ ਪਰੋਸ ਕੇ ਨਹੀਂ ਦੇਣੇ ਤਿਆਨਦੇਓ ਗੌਰ ਕਰਿਓ ਔਰ ਖਿਆਲ ਕਰਨਾ ਕੱਲ ਤੱਕ ਤਤੁ ਸੀ 0 ਅੱਜ ਹੀਰੋ ਕਿੱਦਾਂ ਹੋ ਗਿਆ ਕੱਲ ਤੱਕ ਤਤੁ ਸੀ 0 ਅੱਜ ਹੀਰੋ ਕਿੱਦਾਂ ਹੋ ਗਿਆ ਇਹ ਕਿਰਪਾ ਗੁਰੂ ਰਵਿਦਾਸ ਜੀ ਦੀ ਚੌਂ ਬੰਦਿਆਂ ਚ ਬੈਠਣ ਜੋਗਾ ਹੋ ਗਿਆ ਕੱਲ ਤੱਕ ਤਾ ਤੂੰ ਸੀ ਜੀਰੋ ਅੱਜ ਹੀਰੋ ਕਿੱਦਾਂ ਹੋ ਗਿਆ ਏ ਕਿਰਪਾ ਵਾਵਾ ਸਾਹਿਬ ਦੀ ਚੌ ਬੰਦਿਆਂ ਚ ਬੈਠ ਕੇ ਖਲੋ ਕੇ ਬੋਲਣ ਜੋਗਾ ਹੋ ਗਿਆ ਇੱਥੇ ਹੀ ਵਸ ਨਹੀਂ ਐਵੇਂ ਤਾਂ ਨਹੀਂ ਡੀਸੀ ਅਤੇ ਜੱਜ ਬਣ ਗਏ ਦੀਵੇ ਦੀਆਂ ਲੋਆ ਵਿੱਚ ਪੜੇ ਨੇ ਚਮਾਰ ਪਾਪ ਮੁਟ ਤੋਂ ਜਤਨਸ਼ੀਲ ਆ ਪ੍ਰਿਆਸ ਅਤੇ ਪ੍ਰਜਤਨ ਕਰਨ ਵਾਲਿਆ ਔਰ ਹਾਰਡ ਵਰਕ ਕਰਨ ਵਾਲਿਆ ਮਿਹਨਤ ਮੁਸ਼ਕਤ ਕਰਨ ਵਾਲਿਆ ਔਰ ਇਹ ਆਪਣਾ ਲਾਣਾ ਆਪਣਾ ਸਮਾਜ ਆਪਣਾ ਭਾਈਚਾਰਾ ਆਪਣਾ ਕਬੀਲਾ ਆਪਣੇ ਗੁਰੂਆਂ ਦਾ ਸਤਕਾਰ ਕਰਦਾ ਆਇਆ ਕਰ ਰਿਹਾ ਤੇ ਆਉਣ ਵਾਲੇ ਸਮੇਂ ਚ ਕਰਦਾ ਰਹੇਗਾ ਇਹ ਦਿਲ ਦਿਮਾਗ ਦੇ ਵਿੱਚ ਸਾਰਿਆਂ ਦੀ ਗੱਲ ਹੋਣੀ ਚਾਹੀਦੀ ਹੈ ਇਹ ਗੱਲ ਠੀਕ ਹੈ ਬਾਈ ਸਾਡੇ ਦਾਦੇ ਬਾਬੇ ਪਰਦਾਦੇ ਲੱਕੜ ਦਾਦੇ ਗੁਰੂ ਸਾਹਿਬਾਨਾਂ ਦਾ ਮਹਾਨ ਸੂਰਬੀਰ ਜੋਧਿਆਂ ਦਾ ਮਹਾਵਲੀਆ ਦਾ ਪੈਗੰਬਰਾਂ ਦਾ ਗੁਰੂ ਲੋਕਾਂ ਦਾ ਸਤਗੁਰਾਂ ਦਾ ਸਨਮਾਨ ਸਤਕਾਰ ਕਰਦੇ ਆਏ ਆਂ ਦਰਜਾ ਬਾ ਦਰਜਾ ਉਹਨਾਂ ਦੀਆਂ ਇਹ ਪੀੜੀਆਂ ਜੱਦੀ ਪੁਸਤੀ ਉਹ ਸਤਕਾਰ ਕਰਦੀਆਂ ਆਈਆਂ ਕਰ ਰਹੇ ਔਰ ਕਰਦੇ ਰਹਾਗੇ ਔਰ ਧਿਆਨ ਦੇਣਾ ਸਾਡੇ ਉਹ ਗੁਰੂ ਆ ਰਾਜ ਗੁਰੂ ਆ ਕੋਲ ਗੁਰੂ ਆ ਤੇ ਗੁਰੂਆਂ ਦੇ ਗੁਰੂ ਆ ਤੇ ਯਕਤ ਗੁਰੂ ਆ ਦੂਸਰੀ ਤੀਸਰੀ ਗੱਲ ਮਨਜੂਰੀ ਨਹੀਂ ਸੁਣਨੀ ਨਹੀਂ ਅਸਪਟੀ ਨਹੀਂ ਪ੍ਰਵਾਣੀ ਨਹੀਂ ਇਹ ਆਪ ਜੀ ਦੇ ਦਿਲ ਦਿਮਾਗ ਚ ਹੋਣਾ ਚਾਹੀਦਾ ਔਰ ਧਿਆਨ ਦੇਣਾ ਇਹ ਆ ਜਿਹੜਾ ਲੈਟਰ ਆ ਆ ਜਿਹੜਾ ਲੈਟਰ ਆ ਜਿਹਦੇ ਪ੍ਰਤੀ ਆਪਾਂ ਸਾਰੇ ਚਿੰਤਿਤ ਆ ਤੇ ਆਂਦੇ ਆਪਾ ਫਿਕਰਮੰਦ ਹੋ ਕੇ ਤਦਈ ਇਹ ਉਦਮ ਉਪਰਾਲਾ ਕਰਨਾ ਪਿਆ ਬਸ ਥੋੜੀ ਥੋੜੀ ਗੱਲ ਕੋਸ਼ਿਸ਼ ਕੀਤੀ ਗਿਆ ਮੰਚ ਤੋਂ ਬਈ ਜਿਹੜਾ ਖਾਲੀ ਥਾਂਵਾ ਹੋਮਵਰਕ ਆ ਉਹ ਪ੍ਰੋਪਰ ਕੰਪਲੀਟ ਕਰ ਲਿਆ ਜਾਏ ਸੱਸੇ ਗੱਲ ਕਰ ਨੋਹੇ ਕੰਨ ਕਰ ਕਾਫੀ ਕੁਝ ਡਾਇਰੈਕਸ਼ਨ ਗਾਈਡਲਾਈਨ ਦੇਸ਼ਾ ਨਿਰਦੇਸ਼ ਇੱਥੋਂ ਮਿਲ ਚੁੱਕੇ ਆ ਕਿ ਆਉਣ ਵਾਲੇ ਸਮੇਂ ਚ ਸਾਨੂੰ ਕਰ ਨਾ ਕੀ ਚਾਹੀਦਾ ਸ਼ੁਰੂ ਤੋਂ ਸਾਡੇ ਨਾਲ ਮਤਰੀ ਮਾਂ ਵਾਲਾ ਵਿਤਕਰਾ ਹੁੰਦਾ ਆਇਆ ਔਰ ਸਾਡੇ ਨਾਲ ਵਿਤਕਰਾ ਹੁੰਦਾ ਆਇਆ ਹੋ ਰਿਹਾ ਔਰ ਗਾਂ ਇਦਾ ਚੱਲ ਰਿਹਾ ਉਹਨਾਂ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਤੁਸੀਂ ਐਜੂਕੇਟਿਡ ਹੋਵੋਗੇ ਜਿੱਦਾਂ ਜਿੱਦਾਂ ਆਪ ਦੇ ਹੱਥ ਚ ਕਲਮ ਆਏਗੀ ਜਿੱਦਾਂ ਜਿੱਦਾਂ ਗੁਰੂਆਂ ਦੀ ਬਾਣੀ ਆਏਗੀ ਜਿੱਦਾਂ ਜਿੱਦਾਂ ਤੁਸੀਂ ਸੰਤਾਂ ਮਹਾਪੁਰਸ਼ਾਂ ਦੇ ਚਰਨਾਂ 'ਚ ਜਾ ਕੇ ਉਥੋਂ ਡਾਇਰੈਕਸ਼ਨ ਗਾਈਡਲਾਈਨ ਦੇਸ਼ਾ ਨਿਰਦੇਸ਼ ਬਾਣੀ ਦੇ ਪ੍ਰਤੀ ਇਤਿਹਾਸ ਦੇ ਪ੍ਰਤੀ ਉਹਨਾਂ ਦੇ ਸੰਦੇਸ਼ਾਂ ਦੇ ਪ੍ਰਤੀ ਉਹਨਾਂ ਦੇ ਮਿਸ਼ਨ ਦੇ ਪ੍ਰਤੀ ਜਿਹੜਾ ਜਦੋਂ ਜਦੋਂ ਆਪਾਂ ਇਹ ਗੁਣ ਇਕੱਠੇ ਕਰਾਂਗੇ ਤੇ ਆਪਣੇ ਵਿੱਚ ਭੰਡਾਰ ਪੈਦਾ ਹੋਏਗਾ ਤੇ ਫਿਰ ਦੂਸਰੇ ਲੋਕਾਂ ਨੂੰ ਥੋੜੀ ਜੀ ਅਲਰਜੀ ਹੋਏਗੀ ਕਿਉਂਕਿ ਇਹ ਕਹਿੰਦੇ ਵੀ ਇਹਨਾਂ ਦੇ ਦਾਦੇ ਪ੍ਰਤਾਪ ਦੇ ਬੁੱਤੀਆਂ ਕਰਦੇ ਆਏ ਆ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਜਦੋਂ ਮਰਜੀ ਬਾਣੀ ਪੜ ਲਿਓ ਵੀ ਇਹ ਬੁੱਤੀਆਂ ਕਰਦੇ ਆਏ ਆ ਤੇ ਬੁੱਤੀਆਂ ਤੇ ਹੀ ਰਹਿਣਗੇ ਪਰ ਧਿਆਨ ਦੇਣਾ ਉਹ ਸਮਾਂ ਗੁਜ਼ਰ ਗਿਆ ਚਲੇ ਗਿਆ ਤੋਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਜਿਹੜਾ ਇਹ ਲੈਟਰ ਕੱਢਿਆ ਗਿਆ ਇਹ ਉਹਨਾਂ ਵਾਸਤੇ ਹੈ ਜਿਵੇਂ ਦਵਿੰਦਰ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਦੱਸਿਆ ਆ ਹਾਂ ਸਾਨੂੰ ਥੋੜਾ ਜਿਹਾ ਅਲਰਟ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਐਕਟਿਵ ਹੋਣਾ ਚਾਹੀਦਾ ਔਰ ਸਾਨੂੰ ਸੋਚਣਾ ਚਾਹੀਦਾ ਹੈ ਉਹ ਜਿਹੜੀ ਸਾਡੀ ਬੁੱਧੀ ਹੈ ਜਿਹੜੀ ਸਾਡੀ ਅਲਰਜੀ ਹੈ ਊਰਜਾ ਆ ਉਹਦੇ ਵੱਲ ਧਿਆਨ ਦੇ ਕੇ ਇਹਦੇ ਵੱਲ ਡੀਪਲੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਕਿ ਅਸੀਂ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪੂਰੀ ਦੁਨੀਆ ਚ ਪੂਰੇ ਵਿਸ਼ਵ ਚ ਔਰ ਪੂਰੇ ਵਰਲਡ ਦੇ ਵਿੱਚ ਉਹ ਆਪਾਂ ਕਿਸ ਤਰੀਕੇ ਦੇ ਨਾਲ ਜਨ ਜਨ ਤੱਕ ਘਰ ਘਰ ਡੋਰ ਟੂ ਡੋਰ ਸਟਰੀਟ ਬਾਇ ਸਟਰੀਟ ਕੰਟਰੀ ਬਾਇ ਕੰਟਰੀ ਪਹੁੰਚਾ ਸਕਦੇ ਆ ਔਰ ਸਾਡੇ ਵਿੱਚ ਪ੍ਰੀਚਰ ਤੇ ਪ੍ਰਚਾਰਕ ਆਪਰੇਟਰ ਹੋਣੇ ਚਾਹੀਦੇ ਆ ਜਿਹੜੇ ਕਿ ਸਾਨੂੰ ਗਾਈਡ ਲਾਈਨ ਦੇਸ਼ਾ ਨਿਰਦੇਸ਼ ਡਾਇਰੈਕਸ਼ਨ ਦੇ ਸਕਣ ਔਰ ਉਹਨਾਂ ਦੀ ਕੋਈ ਕਮੀ ਨਹੀਂ ਸਿਰਫ ਇਹਨਾਂ ਆ ਬੇਸਪ ਨੂੰ ਥੋੜਾ ਜਿਹਾ ਵਹਿਮ ਆ ਉਹ ਨੂੰ ਇਹਨਾਂ ਨੇ ਪਤਾ ਵੀ ਮੇਰੇ ਚ ਬਹੁਤ ਕਰੰਟ ਹੈ ਬਹੁਤ ਜ਼ੈਰ ਹੈ ਜੇ ਕਿਤੇ ਪਤਾ ਲੱਗ ਜਾਏ ਕਦੀ ਡੰਡਾ ਨਾ ਖਾਵੇ ਬਹੁਤ ਕੁਝ ਮਹਾਰਾਜ ਦੀ ਕਿਰਪਾ ਦੇ ਨਾਲ ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਆਪਾਂ ਨੂੰ ਮਹਾਰਾਜ ਜੀ ਨੇ ਨਮਾਨਿਆਂ ਨੂੰ ਮਾਣ ਦਿੱਤਾ ਆ ਛੱਨਾ ਟਾਰਿਆਂ ਕੁੱਲੀਆਂ ਕੱਖਾਂ ਕਾਨਿਆਂ ਤੇ ਕਾ ਫੂਸ ਦੀਆਂ ਛੱਨਾ ਟਾਰਿਆਂ ਚੋ ਗੁਜ਼ਾਰਾ ਕਰਨ ਵਾਲਾ ਸਮਾਜ ਇਹਨਾਂ ਨੂੰ ਪੂਰਾ ਪਤਾ ਆ ਕਿ ਅਸੀਂ ਆਪਣੇ ਰਹਿਬਰਾਂ ਦਾ ਗੁਰੂ ਸਾਹਿਬਾਨਾਂ ਦਾ ਸਤਕਾਰ ਕਿਦਾਂ ਕਰਨਾ ਆ ਰਹੀ ਗੱਲ ਆਪ ਦੇ ਚਰਨਾਂ ਚ ਬੇਨਤੀ ਹੈ ਨੋਟ ਕਰਿਓ ਮੈਂ ਉਹ ਗੱਲ ਨੂੰ ਥੋੜਾ ਜਿਹਾ ਨੇੜੇ ਲਿਆਉਣਾ ਚਾਹੁੰਦਾ ਬਈ ਮੱਕਾ 사우ਦੀ ਅਰਬ ਦੇ ਵਿੱਚ ਹੈ ਇਸਲਾਮ ਧਰਮ ਦਾ ਉਹ ਕੇਂਦਰੀ ਸਥਾਨ ਹੈ ਕੇਂਦਰੀ ਸਥਾਨ ਆ ਇਸਲਾਮ ਧਰਮ ਨੂੰ ਮੰਨਣ ਵਾਲੇ ਉਹ ਆਪਣੀ ਆਸਥਾ ਰੱਖਦੇ ਐ ਔਰ ਉਹਨਾਂ ਦਾ ਕੋਈ ਨਾ ਕੋਈ ਕਾਨੂੰਨ ਕਾਇਦਾ ਆ ਉਹਨਾਂ ਦੇ ਕੋਈ ਨਾ ਕੋਈ ਰੂਲ ਅਸੂਲ ਆ ਉਹਨਾਂ ਦੇ ਕੋਈ ਨਿਜ਼ਮ ਆ ਔਰ ਉਹਨਾਂ ਦੀ ਹੌਲੀ ਬੁੱਕ ਹੈ ਰਿਸਪੈਕਟ ਲੈਵਲ ਪਾਪ ਉਹਨਾਂ ਦਾ ਕੋਈ ਨਾ ਕੋਈ ਗ੍ਰੰਥ ਹੈ ਤੇ ਜੇ ਉਹਨਾਂ ਦਾ ਗ੍ਰੰਥ ਆ ਉਹਦੀ ਜਗ੍ਹਾ ਉੱਥੇ ਕੋਈ ਹੋਰ ਰੱਖਿਆ ਜਾ ਸਕਦਾ ਬੋਲੋ ਸਾਰਿਆਂ ਨੇ ਜਵਾਬ ਦਿਓ ਨਹੀਂ ਧਿਆਨ ਦੇਣਾ ਉਹਨਾਂ ਦਾ ਗ੍ਰੰਥ ਉਹਨਾਂ ਦੀ ਹੌਲੀਵੁੱਡ ਉਹਨਾਂ ਨੂੰ ਸਨਮਾਨਯੋਗ ਹੋਏ ਉਹਨਾਂ ਦਾ ਧਰਮ ਉਹਨਾਂ ਲਈ ਸਨਮਾਨਯੋਗ ਹੋਏ ਔਰ ਉਹਨਾਂ ਨੂੰ ਆਪਣੇ ਆਪ ਤੇ ਫਕਰ ਹੋਣਾ ਚਾਹੀਦਾ ਕਿ ਅਸੀਂ ਇਸਲਾਮ ਧਰਮ ਨੂੰ ਮੰਨਣ ਵਾਲੇ ਆ ਫਕਰ ਨਾ ਕਹਿਣ ਹੱਕ ਥਾਪੜ ਕੇ ਕਹਿਣ ਛਾਤੀ ਪਿੱਟ ਪਿੱਟ ਕੇ ਕਹਿਣ ਕਹਿਣ ਬਲਾਵਾ ਦੂਸਰਾ ਤੇ ਜੇਕਰ ਕੋਈ ਮੰਦਰ ਆ ਹਿੰਦੂ ਧਰਮ ਨੂੰ ਬਲਾਮ ਕਰਦਾ ਔਰ ਹਿੰਦੂ ਧਰਮ ਤੇ ਆਪਣੀ ਆਸਥਾ ਤੇ ਸ਼ਰਧਾ ਆ ਉਹਦਾ ਪ੍ਰੇਮ ਆ ਸਨੇਹ ਆ ਲਗਾਓ ਆ ਮੁਹੱਬਤ ਆ ਉਹਨਾਂ ਮੰਦਰਾਂ ਦੇ ਵਿੱਚ ਉਹਨਾਂ ਦੇ ਕੋਈ ਨਾ ਕੋਈ ਧਾਰਮਿਕ ਗ੍ਰੰਥ ਹੈ ਜਾਂ ਨਹੀਂ ਹੈਗੇ ਆ ਤੇ ਫਿਰ ਉਹਨਾਂ ਦੀ ਵੀ ਕੋਈ ਨਾ ਕੋਈ ਮਰਜ਼ਾਦਾ ਆ ਕੋਈ ਨਾ ਕੋਈ ਕਾਨੂੰਨ ਕਾਇਦਾ ਆ ਜਿਹੜੇ ਕਿ ਉਹ ਸਾਰੇ ਇਹਨਾਂ ਬੰਨ ਉਹਨਾਂ ਦੀ ਪਾਲਣਾ ਕਰਦੇ ਆ ਔਰ ਧਿਆਨ ਦਾਣਾ ਬੋਧੀਆਂ ਦਾ ਵੀ ਤਾਂ ਕੋਈ ਨਿਜ਼ਮ ਹੋਏਗਾ ਹੀ ਜੈਨੀਆਂ ਦਾ ਵੀ ਕੋਈ ਨਿਜ਼ਮ ਹੋਏਗਾ ਹੀ ਔਰ ਇੱਥੋਂ ਤੱਕ ਉਹਨਾਂ ਦੇ ਵੀ ਤਾਂ ਕੋਈ ਨਾ ਕੋਈ ਗ੍ਰੰਥ ਹੋਣਗੇ ਸਾਰਿਆਂ ਧਰਮਾਂ ਦਾ ਉਹ ਆਪੋ ਆਪਣੇ ਜਿੱਥੇ ਜਿੱਥੇ ਜੁਟੇ ਹੋਇਆ ਡਟੇ ਰਹਿਣ ਸਨਮਾਨ ਸਤਕਾਰ ਆ ਤੇ ਹੁਣ ਧਿਆਨ ਦਿਓ ਸਿੱਖ ਧਰਮ ਹਰਿਮੰਦਰ ਸਾਹਿਬ ਉਹਨਾਂ ਦਾ ਕੇਂਦਰੀ ਸਥਾਨ ਆ ਤੇ ਉੱਥੇ ਆਦਤਾਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਤਾਂ ਫੇ ਉੱਥੇ ਉਹੀ ਪ੍ਰਕਾਸ਼ ਰਹਿਣਾ ਚਾਹੀਦਾ ਸਿੱਖ ਧਰਮ ਵਾਲਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਆ ਵੀ ਸਾਡਾ ਧਰਮ ਪ੍ਰਫੁੱਲਤ ਹੋ ਰਿਹਾ ਔਰ ਉਹਦੇ ਰੂਲ ਅਸੂਲ ਆ ਉਹਦੇ ਨਿਜ਼ਮ ਆ ਉਹਨਾਂ ਨੂੰ ਕੋਈ ਇਹਦੇ ਵਿੱਚ ਕਮੀ ਪੇਸ਼ੀ ਆਈ ਆ ਤੇ ਤਦ ਉਹਨਾਂ ਨੇ ਇਹ ਲੈਟਰ ਕੱਢਿਆ ਤਦ ਉਹਨਾਂ ਨੇ ਲੈਟਰ ਇਹ ਕੱਢਿਆ ਉਹਨਾਂ ਦੇ ਵਿੱਚ ਕੋਈ ਮਾਈਨਸ ਪੁਆਇੰਟ ਕੋਈ ਵੀਕ ਕੋਈ ਘਾਟ ਮਹਿਸੂਸ ਹੋਈ ਆ ਜੇ ਦੇ ਕਰਕੇ ਕੋਈ ਹੋ ਸਕਦਾ ਕੋਈ ਆਬਜੈਕਸ਼ਨ ਐਲੀਕੇਸ਼ਨ ਕਰਦਾ ਹੋਏਗਾ ਤੇ ਉਹਨਾਂ ਨੇ ਲੈਟਰ ਕੱਢਿਆ ਤੇ ਉਹਨਾਂ ਦੀ ਜਿਹੜੀ ਮਾਨ ਮਰਜ਼ਾਦਾ ਆ ਜੋ ਉਹਨਾਂ ਦੇ ਕਾਨੂੰਨ ਕਾਇਦੇ ਆ ਔਰ ਉਹ ਉਹਨਾਂ ਲਈ ਲਾਗੂ ਆ ਤੇ ਇਹਨਵੇਂ ਉਹਦੀ ਪਾਲਣਾ ਕਰਦੇ ਆ ਧੰਨਵਾਦ ਆ ਹੁਣ ਉੱਥੇ ਕੋਈ ਹੋਰ ਗ੍ਰੰਥ ਰੱਖਿਆ ਜਾ ਸਕਦਾ ਬੋਲੋ ਓਏ ਉੱਚੀ ਨਹੀਂ ਨਹੀਂ ਤੇ ਹੁਣ ਧਿਆਨ ਦੇਣਾ ਧਿਆਨ ਦੇਣਾ ਆਪਣੇ ਹਿਰਦੇ 'ਚ ਆਪਣੇ ਗੁਰੂ ਸਾਹਿਬਾਨ ਨੂੰ ਧਿਆ ਕੇ ਮਨ ਦੇ ਵਿੱਚ ਵਸਾ ਕੇ ਇਹ ਬੇਨਤੀ ਕਰੋ ਬਈ ਦੱਸੋ ਬਈ ਆਪਣੀ ਆਸਥਾ ਤੇ ਸ਼ਰਧਾ ਆਪਾਂ ਸਤਗੁਰ ਬਦਾਸ ਮਹਾਰਾਜ ਤੇ ਰੱਖੀ ਹੋਈ ਆ ਜਾਂ ਨਹੀਂ ਬੋਲੋ ਰੱਖੀ ਹੋਈ ਆ ਤੇ ਆਪਣਾ ਕੇਂਦਰੀય ਸਥਾਨ ਕਿੱਥੇ ਆ ਕਾਂਜੀ ਬਨਾਰਸ ਹੈ ਤਾਂ ਧਿਆਨ ਦੇਣਾ ਉਹੀ ਆਪਣਾ ਕੇਂਦਰੀ ਸਥਾਨ ਆ ਗੁਰੂ ਰਵਿਦਾਸ ਜੀ ਦੇ ਨਾਂ ਤੇ ਬਣਿਆ ਹੋਇਆ ਜਨਮ ਸਥਾਨ ਤੇ ਬਣਿਆ ਹੋਇਆ ਗੁਰੂ ਰਵਿਦਾਸ ਜੀ ਦੇ ਕਰੋੜਾ ਪ੍ਰਾਣੀ ਕਰੋੜਾ ਸ਼ਰਧਾਲੂ ਪੂਰੇ ਵਰਲਡ ਦੇ ਵਿੱਚ ਪੂਰੇ ਵਿਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕੁੱਲ ਕਾਇਨਾਤ ਦੇ ਵਿੱਚ ਜਿੱਥੇ-ਜਿੱਥੇ ਵੀ ਰੋਜੀ ਰੋਟੀ ਲਈ ਮਹਾਰਾ ਦੇ ਪੈਰੋਕਾਰ ਸ਼ਰਧਾਲੂ ਸੇਵਕ ਉਹ ਗਏ ਹੋਇਆ ਤੇ ਆਪਣੀ ਆਸਤਾ ਤੇ ਸ਼ਰਧਾ ਰੱਖੀ ਹੋਈ ਹੈ ਔਰ ਉਹਨਾਂ ਦਾ ਸਾਰਿਆਂ ਦਾ ਧਿਆਨ ਗੁਰੂ ਕੀ ਨਗਰੀ ਜਨਮ ਸਥਾਨ ਸ਼ੀਰ ਗਵਰਧਨਪੁਰ ਉੱਤਰ ਪ੍ਰਦੇਸ਼ ਕਾਂਸੀ ਦੇ ਵਿੱਚ ਉੱਥੇ ਟਿਕੀ ਹੋਈ ਹੈ ਇਹ ਗੱਲ ਸੱਚੀ ਹੈ ਅੱਜ ਦੀ ਤਰੀਕ ਦੇ ਵਿੱਚ ਉੱਥੇ ਕਿਸ ਗ੍ਰੰਥ ਦਾ ਪ੍ਰਕਾਸ਼ ਆ ਬੋਲੋ ਇਕ ਵਾਰੀ ਫੇਰ ਬੋਲੋ ਸਤਗੁਰ ਬਿਦਾਸ ਅਮਰਤ ਵਾਲੇ ਦਾ ਸਤਗੁਰ ਬਿਦਾਸ ਮਹਾਰਾਜ ਜੀ ਦੀ ਅਮਰਤ ਬਾਣੀ ਦਾ ਪ੍ਰਕਾਸ਼ ਆ ਤੇ ਫੇ ਹੁਣ ਇਹਦੇ ਵੀ ਤਾਂ ਨਿਜਮ ਹੀ ਆ ਇਹਦੇ ਵੀ ਰੂਲ ਅਸੂਲ ਆ ਔਰ ਇਹਦਾ ਵੀ ਇਹ ਸਿਸਟਮ ਆ ਕਾਨੂੰਨ ਆ ਔਰ ਧਿਆਨ ਦੇਣਾ ਇਹਦੀ ਵੀ ਮਰਜ਼ਾਦਾ ਆ ਤੋ ਹੁਣ ਖਿਆਲ ਕਰਿਓ ਧਿਆਨ ਦਿਓ ਆਪ ਜੀ ਦੇ ਚਰਨਾਂ ਚ ਬੇਨਤੀ ਐ ਜਿੰਨੀਆਂ ਵੀ ਸੁਭਾਧਾਵਾਂ ਜਿੰਨੇ ਵੀ ਟਰਸਟ ਤੇ ਕਮੇਟੀਆਂ ਔਰ ਜਿੰਨੇ ਵੀ ਬਦਵਾਨ ਆਇਆ ਤੁਸੀਂ ਸਾਰਿਆਂ ਨੇ ਇੱਕ ਦੂਏ ਨੂੰ ਸਨੇਹਾ ਦੇਣਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣ ਵਾਲੇ ਆ ਵਾਵਾ ਸਾਹਿਬ ਨੂੰ ਮੰਨਣ ਵਾਲੇ ਆ ਰਮਦਾਸੀਆ ਕੌਮ ਦੇ ਅਮਰ ਸਿੰਘ ਸੰਤ ਰਾਮਾਨੰਦ ਨੂੰ ਮੰਨਣ ਵਾਲੇ ਆ ਔਰ ਜਿਨ੍ਹਾਂ ਦੀ ਆਸਥਾ ਆ ਵੀ ਸਾਡਾ ਕੇਂਦਰੀ ਸਥਾਨ ਸ਼ੀਰ ਗਵਰਧਨਪੁਰ ਉੱਤਰ ਪ੍ਰਦੇਸ਼ ਬਨਾਰਸ ਹੈ ਧਿਆਨ ਦੇਣਾ 12 ਫਰਵਰੀ 2025 ਦਿਨ ਬੁੱਧਵਾਰ ਨੂੰ 648 ਮਹਾਨ ਪ੍ਰਕਾਸ਼ ਦਿਹਾੜਾ ਗੁਰਪਰਵਾ ਆ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਏਗਾ ਔਰ ਪਹਿਲਾਂ ਵੀ ਮਨਾਏ ਜਾਂਦੇ ਐ ਮਨਾਏ ਜਾਂਦੇ ਆ ਤੇ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਐ ਹੱਥ ਜੋੜ ਕੇ ਸਾਰਿਆਂ ਨੂੰ ਮਹਾਪੁਰਸ਼ਾਂ ਨੂੰ ਵੀ ਬੁੱਧੀਜੀਵੀ ਬਦਵਾਨਾਂ ਨੂੰ ਵੀ ਗਿਆਤਾਵਨ ਲੋਗਾ ਨੂੰ ਵੀ ਔਰ ਪ੍ਰੀਚਰ ਤੇ ਪ੍ਰਚਾਰਕ ਲੈਕਚਰਾਰਾਂ ਨੂੰ ਵੀ ਤੇ ਜਥੇਬੰਦੀਆਂ ਨੂੰ ਵੀ ਪੂਰੇ ਪੰਜਾਬ ਚ ਸੋਸ਼ਲ ਮੀਡੀਆ ਰਾਹੀਂ ਪ੍ਰਿੰਟ ਮੀਡੀਆ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਇਹ ਸੰਦੇਸ਼ ਦਿਓ ਬਈ ਗੁਰਪੁਰਬ ਜਦੋਂ ਮਨਾਉਣਾ ਜਾਂ ਗੁਰਪੁਰਬ ਤੋਂ ਬਾਅਦ ਕੋਈ ਵੀ ਸਮਾਗਮ ਮਨਾਉਣਾ ਖੁਸ਼ੀ ਦਾ ਗਮੀ ਦਾ ਸਮਾਗਮ ਛੋਟਾ ਜਾਂ ਵੱਡਾ ਜੇ ਤਾਂ ਆਜ਼ਾਦ ਹੋ ਕੇ ਮਨਾਉਣਾ ਖੁਸ਼ ਹੋ ਕੇ ਮਨਾਉਣਾ ਤਾਂ ਫੇਰ ਜਿਹੜੀ ਮਰਜ਼ਾਦਾ ਆਪਣੇ ਗੁਰੂਆਂ ਦੀ ਸਤਿਗੁਰਾਂ ਦੀ ਪਾਪ ਗੁਰ ਰਵਿਦਾਸ ਮਹਾਰਾਜ ਜੀ ਦੀ ਉੱਥੇ ਜਨਮ ਸਥਾਨ ਤੋਂ ਚੱਲ ਰਹੀ ਹੈ ਤੇ ਉਹਦੇ ਮਰਜ਼ਾਦਾ ਦੇ ਤਹਿਤ ਉਹਦੇ ਅੰਦਰ ਰਹਿ ਕੇ ਮਨਾਇਆ ਜਾਏ ਬੋਲੇ ਸੋ ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਸਤਿਗੁਰੂ ਰਵਿਦਾਸ ਸ਼ਕਤੀ ਸਤਿਗੁਰੂ ਰਵਿਦਾਸ ਸ਼ਕਤੀ ਜੈ ਇਹ ਪਰਨ ਕਰੋ ਧਿਆਨ ਦੇਣਾ ਉਹਨਾਂ ਦੀ ਦੌੜ ਵਿੱਚ ਫਸਣ ਦਾ ਕੋਈ ਫਾਇਦਾ ਨਹੀਂ ਉਹਨਾਂ ਦੇ ਜੋੜਿਆਂ ਵਿੱਚ ਡਿਗਣ ਦਾ ਤਰਲੇ ਤੱਪੇ ਤੇ ਮਨ ਤਾਂ ਤਰਨ ਦਾ ਕਰਨ ਦਾ ਕੋਈ ਫਾਇਦਾ ਨਹੀਂ ਸਾਧ ਜੰਦੀ ਗੁਲਾਮੀ ਨਾਲੋ ਇੱਕ ਦਿਨ ਅਣਖ ਨਾਲ ਜੀਣਾ ਵਹਿਤਰਿਆ ਤੇ ਤੁਸੀਂ ਗੁਰੂਆਂ ਲਈ ਸਤ ਗੁਰਾਂ ਲਈ ਆਪਣਾ ਸਾਰਾ ਜੀਵਨ ਜਿਹੜਾ ਨਿਸ਼ਾਵਰ ਕਰਦੇ ਹੋ ਕਰਨ ਕਰੋ ਕਿ ਜਿੰਨੇ ਵੀ ਆਉਣ ਵਾਲੇ ਸਮਾਗਮ ਆਪਣੇ ਘਰਾਂ 'ਚ ਆ ਗੁਰੂ ਘਰਾਂ 'ਚ ਆ ਔਰ ਉਹ ਅਮਰਤ ਬਾਣੀ ਦੀ ਹਜ਼ੂਰੀ 'ਚ ਹੋਣ ਮਰਜ਼ਾਦਾ ਦੇ ਨਾਲ ਹੋਣ ਤੇ ਬੜੇ ਪਿਆਰ ਨਾਲ ਤੁਸੀਂ ਕਰ ਸਕਦੇ ਆ ਬੋਲੋ ਇਹਦੇ ਲਈ ਰਾਜੀ ਆ ਆਵਾਜ਼ ਘਟਿਆ ਰਾਜੀ ਹੈ ਹੋਣਗੇ ਹੁਣ ਦੂਸਰੀ ਬੇਨਤੀ ਹੋਰ ਸੁਣ ਲਓ। ਉਹੀ ਰਾਗੀ ਢਾਡੀ, ਉਹੀ ਕਲਾਕਾਰ, ਉਹੀ ਪ੍ਰਚਾਰਕ ਤੇ ਉਹੀ ਬੁੱਧੀਜੀਵੀ ਵਿਦਵਾਨ ਲੈਕਚਰਰ, ਪ੍ਰੀਚਰ, ਉਹੀ ਬੁਲਾਇਓ ਜਿਹੜਾ ਗੁਰੂ ਵਿਦਾਸ ਜੀ ਨੂੰ ਗੁਰੂ ਕਹਿੰਦਾ ਹੋਵੇ। ਜੈਸ ਮਹਾਰਾਜ ਕੀ ਜੈ। ਇਹ ਗੱਲ ਠੀਕ ਹੈ? ਉਹੀ ਰਾਗੀ ਟਾਡੀ ਕਲਾਕਾਰ ਸਿੰਗਰ ਕੀਰਤਨ ਵਾਲਾ ਔਰ ਪਾਠ ਕਰਨ ਵਾਲਾ ਉਹੀ ਬਲਾਓ ਜਿਹੜਾ ਗੁਰੂ ਰਵਿਦਾਸ ਜੀ ਨੂੰ ਗੁਰੂ ਕਹਿੰਦਾ ਹੋਵੇ ਸਤਕਾਰ ਕਰਦਾ ਹੋਵੇ ਇਜਤਮਾਨ ਕਰਦਾ ਹੋਵੇ ਉਹਦੇ ਅੰਦਰ ਦਿਨੀ ਭਾਵਨਾ ਹੋਵੇ ਤਾਂ ਸੋਨੇ ਤੇ ਸੋਹਾਗੇ ਵਾਲੀ ਗੱਲ ਬਣ ਜਾਏਗੀ ਤਾਂ ਆ ਜਿਹੜਾ ਹੁਕਮਨਾਮਾ ਆ ਇਹ ਆਪਣੇ ਤੇ ਲਾਗੂ ਨਹੀਂ ਹੁੰਦਾ ਇਹ ਉਹਨਾਂ ਤੇ ਆ ਏ ਜਿਨ੍ਹਾਂ ਨੇ ਇਹ ਪ੍ਰਚਾਰ ਪ੍ਰਸਾਰ ਕਰਦੇ ਆ ਇਸ ਲਈ ਉਦਾ ਅਲਰਟ ਰਹੋ ਸੁਚੇਤ ਰਹੋ ਹਾਂ ਪ੍ਰੀਚਰ ਪੈਦਾ ਕਰੋ ਪ੍ਰਚਾਰਕ ਪੈਦਾ ਕਰੋ ਲੈਕਚਰਾਰ ਪੈਦਾ ਕਰੋ ਗਿਆਨੀ ਤਿਆਨੀ ਪੈਦਾ ਕਰੋ ਔਰ ਇਥੋਂ ਤੱਕ ਰਾਗੀ ਟਾਡੀ ਪਾਠੀ ਪੈਦਾ ਕਰੋ ਕਿਸੇ ਦੀਆਂ ਮੈਂਤਾ ਕਰਨੀ ਐ ਨਾ ਪੈਣ ਕੀ ਨਹੀਂ ਕਰ ਸਕਦੇ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਤੁਸੀਂ ਕਰ ਸਕਦੇ ਆ ਤੇ ਜਦ ਰਾਮਾਨੰਦ ਜੀ ਕਰ ਸਕਦੇ ਆ ਤੇ ਤੁਸੀਂ ਤਾਂ ਉਹਨਾਂ ਦੀ ਗੁੜਤੀ ਲਈ ਹੈ ਵਾ ਵ ਜਦ ਉਹ ਕਰ ਸਕਦੇ ਆ ਤੇ ਤੁਸੀਂ ਉਹਨਾਂ ਦੇ ਅਨੁਯਾਈਆਂ ਪੈਰੋਕਾਰ ਆ ਸ਼ਰਦਾਲੂ ਆ ਸਾਡਾ ਕੇਂਦਰੀ ਸਥਾਨ ਸ਼ੀਰ ਗਵਰਧਨਪੁਰ ਉੱਤਰ ਪ੍ਰਦੇਸ਼ ਜਨਮ ਸਥਾਨ ਸਤਗੁਰ ਬਦਾਸ ਮਹਾਰਾਜ ਜੀ ਹੈ ਉੱਥੋਂ ਜੋ ਵੀ ਹੁਕਮਨਾਮਾ ਆਏਗਾ ਉਹਨੂੰ ਆਪਾਂ ਸਾਰੇ ਇਹਨਾਂ ਬੰਨ ਉਹਦੀ ਪਾਲਣਾ ਕਰੀਏ ਪਾਲਣਾ ਕਰੀਏ ਹੁਣੇ-ਹੁਣੇ ਦਵਿੰਦਰ ਜੀ ਕਹਿ ਕੇ ਹਟੇ ਲੈ ਵੀ ਉਥੋਂ ਇਸੇ ਤਰ੍ਹਾਂ ਦੇ ਮੈਸੇਜ ਕੋਈ ਨਾ ਕੋਈ ਆ ਸਮਾਜ ਲਈ ਕੌਮ ਲਈ ਅੱਗੇ ਵਧਣ ਲਈ ਵਿਚਾਰ ਤਾਰਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਉਥੋਂ ਕੋਈ ਨਾ ਕੋਈ ਹੁਕਮਨਾਮਾ ਜਾਰੀ ਹੁੰਦਾ ਰਹੇਗਾ ਜਦੋਂ ਵੀ ਕਿਤੇ ਸਮਾਜ ਤੇ ਕੌਮ ਤੇ ਲਾਣੇ ਤੇ ਭਾਈਚਾਰੇ ਤੇ ਆਪਣੇ ਕਬੀਲੇ ਤੇ ਕੋਈ ਕਿਸੇ ਵੀ ਕਿਸਮ ਦੀ ਕੋਈ ਖਤਰੇ ਦੇ ਬਦਲ ਮਡਰਾਉਂਦੇ ਆ ਤਾਂ ਤੁਸੀਂ ਮਹਾਪੁਰਸ਼ਾਂ ਦੇ ਕੋਲ ਜਾ ਕੇ ਬੇਨਤੀ ਕਰੋ ਉਹਨਾਂ ਦੇ ਨਾਲ ਤਾਲਮੇਲ ਕਰੋ ਸੰਪਰਕ ਕਰੋ ਟਰਸਟ ਨਾਲ ਕਮੇਟੀ ਨਾਲ ਕੋਈ ਨਾ ਕੋਈ ਜ਼ਰੂਰ ਹੱਲ ਨਿਕਲੇਗਾ ਤਾਂ ਇਸ ਲਈ ਗੁਰਮੁਖ ਪਿਆਰਿਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਦਾਸ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਇਹੀ ਬੇਨਤੀ ਆ ਵੀ ਖਿਆਲ ਰੱਖਿਓ ਧਿਆਨ ਰੱਖਿਓ ਵੀ ਅਸੀਂ ਓਦਾਂ ਦੇ ਰਾਗੀ ਟਾਡੀ ਬੁਲਾਉਣੇ ਹੀ ਨਹੀਂ ਜਿਨ੍ਹਾਂ ਦੇ ਅੰਦਰ ਹੋਰ ਆ ਤੇ ਬਾਹਰ ਕੁਝ ਹੋ ਰਿਹਾ ਨਾਲੇ ਪੈਸੇ ਦਿੰਦੇ ਆ ਨਾਲੇ ਮਨਤਾ ਕਰਦੇ ਆ ਫੇ ਬਾਅਦ ਚ ਅੰਦਰੋਂ ਅੰਦਰੀ ਬਿਸਕੋਲਦੇ ਆ ਦਾ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਇਸ ਕਰਕੇ ਪੰਮਾ ਪ੍ਰੋਗਰਾਮ ਛੋਟਾ ਹੋਵੇ ਲੇਕਿਨ ਵਧੀਆ ਮਨਾ ਲਓ ਜਿੰਨੀ ਕ ਹੈਸੀਅਤ ਆ ਜਿੰਨੀ ਕ ਫੁਰਸਤ ਆ ਜਿੰਨੀ ਕ ਹਿੰਮਤ ਆ ਤੁਸੀਂ ਆਜ਼ਾਦ ਹੋ ਕੇ ਮਨਾਓ ਆਜ਼ਾਦ ਹੋ ਕੇ ਮਨਾਓ ਖੁਸ਼ੀ ਨਾਲ ਮਨਾਓ ਪਿਆਰ ਸਤਕਾਰ ਸਦਭਾਵਨਾ ਨਾਲ ਮਿਲੌਰ ਰਲ ਮਿਲ ਕੇ ਮਨਾਓ ਆ ਸਾਰੇ ਮਾਪੁਰਸ਼ ਆ ਆ ਬਾਬਾ ਜੀ ਕਹਿੰਦੇ ਮੈਨੂੰ ਬੰਦਨ ਲਾਤ ਲਈ ਰੱਖੋ ਪਾਪ ਇਹ ਦੇਖਣ ਨੂੰ ਕੱਲੇ ਕੱਲੇ ਆ ਜਿੱਦਾ ਬਾਗ ਦੇ ਵਿੱਚ ਫੁੱਲਿਆ ਇਹਨਾਂ ਦੇ ਵਿੱਚ ਸੁਗੰਧੀ ਸਾਰਿਆਂ ਦੀ ਪੂਰੀਅਤ ਤੇ ਇੱਕੋ ਜਿਹੀ ਹੈ ਇੱਕੋ ਜਿਹੀ ਆ ਇਹ ਦੇਖਣ ਨੂੰ ਇਹ ਮੂਰਤਾ ਕਲੀਆਂ ਕਲੀਆਂ ਆ ਲੇਕਨ ਇਹਨਾਂ ਦੇ ਵਿੱਚ ਜਿਹੜੀ ਖੁਸ਼ਬੂ ਗੁਰਬਦਾਸ ਜੀ ਦੀ ਆ ਉਹ ਹੈਗੀ ਆ ਉਹਦਾ ਆਨੰਦ ਲਾਓ ਧੰਨਵਾਦ ਆ ਟਰਸਟ ਕਮੇਟੀਆਂ ਦਾ ਸੁਭਾਵਾ ਦਾ ਬੁੱਧੀ ਜੀਵੀਆਂ ਦਾ ਵਿਦਵਾਨਾਂ ਦਾ ਔਰ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਸਮਾ ਕੱਢਿਆ ਠੀਕ ਆ ਚਿੰਤਾ ਦਾ ਵਿਸ਼ਾ ਆ ਇਹ ਹੋਣਾ ਚਾਹੀਦਾ ਸਮੇਂ-ਸਮੇਂ ਤੇ ਧਿਆਨ ਦੇਣਾ ਇਹ ਇਹ ਤਾਂ ਹਲੇ ਆ ਕੇ ਆਉਣ ਵਾਲੇ ਸਮੇਂ 'ਚ ਮੈਂ ਰਹਾ ਨਾ ਲਾਹਾ ਇਦਾਂ ਦੀਆਂ ਕੰਡੀਸ਼ਨਾਂ ਹੋਰ ਆਉਣਗੀਆਂ ਚੇਤਾ ਰੱਖਿਓ ਇਸ ਕਰਕੇ ਸਾਨੂੰ ਉਧਰ ਧਿਆਨ ਦੇਣ ਦੀ ਲੋੜ ਨਹੀਂ ਬਸ ਸਾਨੂੰ ਆਪਣੇ ਧਰਮ ਨੂੰ ਫਲਾਉਣਾ ਆਪਣੇ ਮਿਸ਼ਨ ਨੂੰ ਫਲਾਉਣਾ ਗੁਰੂਬਦਾ ਜੀ ਦੀ ਵਿਚਾਰਧਾਰਾ ਨੂੰ ਫਲਾਉਣਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਾਰਤ ਬੋਲੇ ਪਾ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸਤਗੁਰੂ ਰਵਿਦਾਸ ਸ਼ਕਤੀ ਅਮਰ ਰਹੇ ਰਵਿਦਾਸਿਆ ਕਉਂਦੇ ਅਮਰ ਜੀ ਸੰਤ 라ਮਾਨੰਦ ਸ਼ਕਤੀ ਅਮਰ ਰਹੇ ਬੋਲੇ ਈਸੋ ਨਰਪਾ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ